हेलो स्टूडेंट्स, मैं हरपिंदर कौर, तुसी देख रहे हो इंग्लिश विद रूप। जिवें कि तुहानू पता ही है कि मेरा मटीरियल रेडी हो चुका है राइटिंग स्पीकिंग प्लस रीडिंग दा, जीटी एंड अकैडमिक स्टूडेंट्स दोनों ही। सो यह तुसी मटीरियल परचेज कर सकते हो मेरी वैबसाइट englishwithroop.com तो, एंड एमाजोन तो भी तुसी ऑर्डर पा सकते हो, क्योंकि जिहड़ा यह मटीरियल थोड़े सारे स्टूडेंट्स दे लई बहुत ज्यादा यूजफुल है, क्योंकि इन्हां बुक्स दे विच स्पेशली अलग तो रीडिंग दी वकैब ऐड की गई है, सिनोनिम्स ऐड किए गए ने, स्पीकिंग दे विच idioms vocab add ਕੀਤੀ ਗਈ ਆ, plus writing ਦੇ ਵਿੱਚ ਵੀ ਤੁਹਾਨੂੰ synonyms ਤੇ plus vocab add ਕੀਤੀ ਗਈ ਆ। ਸੋ ਆਪਣਾ ਤੁਸੀਂ exam ਘਰ ਬੈਠੇ ਹੀ crack ਕਰ ਸਕਦੇ ਹੋ। start ਕਰਦੇ ਹਾਂ ਜੀ ਅੱਜ ਦੀ class, ਜਿਸ ਦੇ ਵਿੱਚ ਮੈਂ ਤੁਹਾਨੂੰ part 1 ਦਾ topic ਕਰਵਾਉਣ ਜਾ ਰਹੀ ਹਾਂ sunglasses ਦੇ ਉੱਤੇ। ਸੋ basically ਸਭ ਨੂੰ ਪਤਾ sunglasses ਕੀ ਹੁੰਦੀਆਂ, ਠੀਕ ਹੈ। ਸੋ sunglasses ਕਹਿ ਲੈਂਦੇ ਆ, goggles ਕਹਿ ਲੈਂਦੇ ਆ, ਠੀਕ ਹੈ। specs ਆਪਾਂ ਜਿਹੜੇ weak eyesight ਦੇ ਲਈ ਪਾਉਂਦੇ ਆ ਉਹਨਾਂ ਨੂੰ ਕਹਿ ਲੈਂਦੇ ਆ, ਪੰਜਾਬੀ ਦੇ ਵਿੱਚ ਆਪਾਂ ਐਨਕਾਂ ਕਹਿ ਲੈਂਦੇ ਆ। ਸੋ next question ਕੀ ਹੈ ਜੀ, ਇਹਦਾ ਪਹਿਲਾ question ਕਹਿੰਦੇ ਡੂ ਯੂ ਆਫਨ ਵੇਅਰ ਸਨਗਲਾਸਿਸ। ਕੀ ਅਕਸਰ, ਦੇਖੋ ਆਫਨ ਵਰਡ ਬਹੁਤ ਜ਼ਿਆਦਾ ਵਧੀਆ, ਅਗਰ ਤੁਹਾਨੂੰ ਕੁਐਸਚਨ ਚ ਨਹੀਂ ਪੁੱਛਿਆ ਗਿਆ ਤਾਂ ਤੁਸੀਂ ਆਪਣੇ ਆਨਸਰ ਚ ਜ਼ਰੂਰ ਯੂਜ਼ ਕਰਿਆ ਕਰੋ। ਕੀ ਕਹਿੰਦੇ, ਤੁਸੀਂ ਅਕਸਰ ਜਿਹੜੀਆਂ sunglasses wear ਕਰਦੇ ਹੋ। ਸੋ ਫਸਟ ਕੁਐਸਚਨ ਦਾ ਆਪਾਂ ਆਨਸਰ ਕਰਾਂਗੇ ਯੈਸ ਅਫਕੋਰਸ, ਕਹਿੰਦੇ ਹਾਂ ਬਿਲਕੁਲ ਆਈ ਡੂ, ਕਹਿੰਦੇ ਮੈਂ ਵੇਅਰ ਕਰਦਾ ਜਾਂ ਕਰਦੀ ਹਾਂ। ਡਿਊਰਿੰਗ ਸਮਰ ਡੇਜ ਆਈ ਯੂਜਲੀ ਪ੍ਰੈਫਰ ਟੂ ਵੇਅਰ ਸਨਗਲਾਸਿਸ ਟੂ ਪ੍ਰੋਟੈਕਟ ਮਾਈ ਸੈਲਫ ਫਰੋਮ ਦਾ ਸਨ, ਜਾਂ ਤੁਸੀਂ ਫਰੋਮ ਦਾ ਸਕੋਰਚਿੰਗ ਹੀਟ ਆਫ ਦਾ ਸਨ ਕਹਿ ਸਕਦੇ ਹਾਂ। ਸਕੋਰਚਿੰਗ ਹੀਟ ਹੁੰਦੀ ਹੈ ਬਹੁਤ ਜ਼ਿਆਦਾ ਗਰਮੀ, ਠੀਕ ਹੈ। ਅਡੀਸ਼ਨਲੀ ਆਈ ਵੇਅਰ ਸਨਗਲਾਸਿਸ ਟੂ ਇਨਹਾਂਸ ਮਾਈ ਪਰਸਨੈਲਿਟੀ ਐਂਡ ਮੇਕ ਇਟ ਮੋਰ ਅਟਰੈਕਟਿਵ। ਉਸ ਤੋਂ ਬਾਅਦ ਵੀ ਆਪਾਂ ਐਡੀਸ਼ਨਲ ਵੀ ਪਾ ਕੇ ਐਡ ਕਰਤਾ, ਕਹਿੰਦੇ ਹੋਰ ਕਦੇ ਲਈ, ਕਿਉਂਕਿ ਕਈ ਆਪਣੀ ਪਰਸਨੈਲਿਟੀ ਨੂੰ ਵਧਾਉਣ ਦੇ ਲਈ ਵੇਅਰ ਕਰਦੇ ਆ, ਠੀਕ ਹੈ, ਤਾਂ ਕਿ ਮੈਂ ਹੋਰ ਜ਼ਿਆਦਾ ਅਟਰੈਕਟਿਵ ਲੱਗਾਂ। ਸੋ ਫਸਟ ਨੂੰ ਪ੍ਰੋਪਰ ਆਨਸਰ ਕੀਤਾ, ਇੱਥੇ ਹੀ ਆਪਾਂ ਖਤਮ ਨਹੀਂ ਕੀਤਾ। ਸੋ ਇਹੀ ਗੱਲ ਤੁਸੀਂ ਸਿੱਖਣੀ ਹੈ ਕਿ ਆਪਣਾ ਆਨਸਰ ਪੂਰਾ ਹੋਵੇ ਤਾਂ ਕਿ ਐਗਜ਼ਾਮੀਨਰ ਆਪਾਂ ਨੂੰ ਵਾਈ ਦੀ ਡਿਮਾਂਡ ਕਰੇ ਹੀ ਨਾ। ਸੈਕਿੰਡ ਕੁਐਸਚਨ ਹੈ ਡੂ ਯੂ ਸਪੈਂਡ ਅ ਲੋਟ ਆਫ ਮਨੀ ਔਨ ਸਨਗਲਾਸਿਸ, ਕੀ ਤੁਸੀਂ ਬਹੁਤ ਜ਼ਿਆਦਾ ਪੈਸਾ ਜਿਹੜਾ ਸਪੈਂਡ ਕਰਦੇ ਹੋ ਸਨਗਲਾਸਿਸ ਤੇ। ਇਹਦੇ ਮੈਂ ਦੋ ਆਨਸਰ ਕੀਤੇ ਆ, ਤਾਂ ਤੁਸੀਂ ਕੋਈ ਵੀ ਇੱਕ ਆਨਸਰ ਕਰ ਸਕਦੇ ਹੋ। ਨੋ, ਆਈ ਐਮ ਨੋਟ ਦ ਕਾਇੰਡ ਆਫ ਪਰਸਨ ਹੂ ਸਪੈਂਡਸ ਅ ਲੋਟ ਆਫ ਮਨੀ ਔਨ ਬਾਇੰਗ ਥਿੰਗਸ। ਸੋ ਕਹਿੰਦੇ ਮੈਂ ਉਦਾਂ ਦਾ ਪਰਸਨ ਨਹੀਂ ਆ ਜਿਹੜਾ ਥਿੰਗਸ ਦੇ ਉੱਤੇ ਬਹੁਤ ਜ਼ਿਆਦਾ ਪੈਸਾ ਖਰਚਦਾ ਹੋਵੇ, ਜਾਂ ਤੁਸੀਂ ਕਹਿ ਸਕਦੇ ਆਈ ਐਮ ਨੋਟ ਅ ਸਪੈਂਡ ਥ੍ਰਿਫਟ। ਸਪੈਂਡ ਥ੍ਰਿਫਟ ਵੀ ਕੀ ਹੁੰਦਾ, ਜੋ ਖਰਚੀਲਾ ਹੁੰਦਾ, ਨੋਟ ਲੱਗ ਗਿਆ ਵੀ ਨਹੀਂ ਆ ਖਰਚੀਲਾ। ਗਲਾਸਿਸ ਆਰ ਨੋ ਐਕਸੈਪਸ਼ਨ। ਸੋ ਕਹਿੰਦੇ ਸਨ ਗਲਾਸਿਸ ਵੀ ਉਹਨਾਂ ਚੋਂ ਹੀ ਆ, ਵੀ ਉਹਨਾਂ ਥਿੰਗਸ ਚੋਂ ਹੀ ਆ, ਵੀ ਮੈਂ ਉਹਤੇ ਵੀ ਕੋਈ ਪੈਸਾ ਖਰਚ ਨਹੀਂ ਕਰਦਾ ਜ਼ਿਆਦਾ। ਕਹਿੰਦੇ ਆਈ ਟਿਪਿਕਲੀ ਪ੍ਰੈਫਰ ਟੂ ਪਰਚੇਸ ਸਨ ਗਲਾਸਿਸ ਐਟ ਰੀਜ਼ਨੇਬਲ ਪ੍ਰਾਈਸਿਸ ਵਾਈਲ ਇਨਸ਼ੋਰਿੰਗ ਗੁੱਡ ਕੁਆਲਿਟੀ, ਠੀਕ ਹੈ, ਵੀ ਕੁਆਲਿਟੀ ਚੈੱਕ ਕਰਦੇ ਹੋਏ ਕਹਿੰਦੇ ਮੈਂ ਕੀ ਹੈ ਇੱਕ ਰੀਜ਼ਨੇਬਲ ਪ੍ਰਾਈਸਿਸ ਦੇ ਹੀ ਸਨ ਗਲਾਸਿਸ ਪਰਚੇਸ ਕਰਦਾ। ਯਾ ਸੈਕਿੰਡ ਕੁਐਸਚਨ ਮੈਂ ਕੀਤਾ, ਕਹਿੰਦੇ ਸਰਟੇਨਲੀ ਆਈ ਪ੍ਰਾਇਰਟਾਈਜ਼ ਹੁੰਦਾ ਪਹਿਲ ਦੇਣਾ ਵੈਲਿਊ ਐਂਡ ਕੁਆਲਿਟੀ ਵੈਨ ਇਟ ਕਮਸ ਟੂ ਸ਼ੋਪਿੰਗ, ਠੀਕ ਹੈ। ਸੋ ਕਹਿੰਦੇ ਮੈਂ ਕੀ ਆ ਜ਼ਿਆਦਾ ਪ੍ਰਾਇਰਟਾਈਜ਼ ਕਿਸ ਨੂੰ ਕਰਦਾ, ਵੈਲਿਊ ਪਲੱਸ ਕੁਆਲਿਟੀ, ਐਂਡ ਦਿਸ ਅਪਲਾਈਜ਼ ਟੂ ਸਨਗਲਾਸਿਸ ਐਸ ਵੈਲ। ਸੋ ਇਹ ਸਨਗਲਾਸਿਸ ਤੇ ਵੀ ਅਪਲਾਈ ਹੁੰਦਾ, ਰੈਦਰ ਦੈਨ ਸਪੈਂਡਿੰਗ ਐਕਸਟਰਾਵੇਜੈਂਟਲੀ। ਐਕਸਟਰਾਵੇਜੈਂਟਲੀ ਹੁੰਦਾ ਬਹੁਤ ਹੀ ਜ਼ਿਆਦਾ ਪੈਸੇ ਖਰਚ ਕਰਨਾ, ਨਹੀਂ ਕਰਦਾ ਰੈਦਰ ਦੈਨ, ਕਹਿੰਦੇ ਪੈਸੇ ਇੰਨਾ ਪੈਸਾ ਖਰਚਣ ਦੀ ਬਜਾਏ ਆਈ ਫੋਕਸ ਔਨ ਫਾਈਂਡਿੰਗ ਸਨਗਲਾਸਿਸ ਦੈਟ ਆਫਰ ਅ ਬੈਲੈਂਸ ਆਫ ਅਫੋਰਡੇਬਿਲਿਟੀ ਐਂਡ ਹਾਈ ਕੁਆਲਿਟੀ। ਸੋ ਕਹਿੰਦੇ ਮੈਂ ਸਿੰਪਲੀ ਦੇਖਦਾ ਜਿਹੜੇ ਮੈਨੂੰ ਇੱਕ ਵਧੀਆ ਕੁਆਲਿਟੀ ਪ੍ਰੋਵਾਈਡ ਕਰਦੇ ਮੈਂ ਉਸ ਤਰ੍ਹਾਂ ਦੀਆਂ ਸਨਗਲਾਸਿਸ ਪਰਚੇਸ ਕਰਦਾ। ਅਗਰ ਤੁਸੀਂ ਐਕਸਪੈਂਸਿਵ ਕਰਦੇ ਹੋ ਦੈਨ ਤੁਸੀਂ ਬ੍ਰਾਂਡ ਮੈਂਸ਼ਨ ਕਰਦੇ ਹੋ। ਨੈਕਸਟ ਹੈ ਥਰਡ ਕੁਐਸਚਨ, ਡੂ ਯੂ ਗਿਵ ਸਨਗਲਾਸਿਸ ਐਜ਼ ਅ ਗਿਫਟ, ਕੀ ਤੁਸੀਂ ਕਦੇ ਸਨਗਲਾਸਿਸ ਗਿਫਟ ਕੀਤਾ ਹੈ ਕਿਸੇ ਨੂੰ? ਇਟ ਡਿਪੈਂਡਸ ਔਨ ਦਾ ਪਰਸਨਸ ਪ੍ਰੈਫਰੈਂਸ। ਪਹਿਲੀ ਗੱਲ ਤਾਂ ਕਹਿੰਦੇ ਇਹ ਡਿਪੈਂਡ ਕਰਦਾ ਪਰਸਨ ਦੀ ਪ੍ਰੈਫਰੈਂਸ। ਨੈਕਸਟ ਕਹਿੰਦੇ ਇਫ ਦੇ ਲਾਈਕ, ਕਹਿੰਦੇ ਜੇ ਕਿਸੇ ਨੂੰ ਪਸੰਦ ਹੈ ਕਿਸੇ ਵੀ ਪਰਸਨ ਨੂੰ, ਇੱਥੇ ਤੁਸੀਂ ਅਗਰ ਲੋਕਾਂ ਦੀ ਗੱਲ ਕਰੋਗੇ ਦੀ, ਇੱਥੇ ਜੇ ਤੁਸੀਂ ਲੋਕਾਂ ਦੀ ਗੱਲ ਕਰੋਗੇ ਤਾਂ ਦੇ, ਕਿਸੇ ਸਪੈਸੀਫਿਕ ਪਰਸਨ ਦੀ ਗੱਲ ਕਰੋਗੇ, ਠੀਕ ਹੈ, ਤਾਂ ਤੁਸੀਂ ਇੱਥੇ ਹੀ ਔਰ ਸ਼ੀ ਯੂਜ਼ ਕਰ ਸਕਦੇ ਹੋ। ਕਹਿੰਦੇ ਇਫ ਦੇ ਲਾਈਕ ਸਨਗਲਾਸਿਸ ਆਈ ਵੁੱਡ ਕੰਸੀਡਰ ਗਿਵਿੰਗ ਦੈਮ ਐਜ਼ ਅ ਗਿਫਟ, ਜੇ ਉਹਨਾਂ ਨੂੰ ਪਸੰਦ ਨੇ ਤਾਂ ਮੈਂ ਕਹਿੰਦੇ ਉਹਨਾਂ ਨੂੰ ਪ੍ਰੈਫਰ ਕਰੂੰਗਾ, ਅਦਰਵਾਈਜ਼ ਆਈ ਚੂਜ਼ ਸਮਥਿੰਗ ਐਲਸ ਦੈਟ ਮੈਚਸ ਦੇਅਰ ਇੰਟਰਸਟ। ਅਦਰਵਾਈਜ਼ ਕਹਿੰਦੇ ਨਹੀਂ ਮੈਂ ਕੁਛ ਹੋਰ ਚੂਜ਼ ਕਰੂੰਗਾ ਜੋ ਉਹਨਾਂ ਦਾ ਲਾਈਕ ਮੈਚ ਕਰੇ ਉਹਨਾਂ ਦੇ ਇੰਟਰਸਟ ਦੇ ਨਾਲ। ਨੈਕਸਟ ਹੈ ਵਾਈ ਡੂ ਯੂ ਵੇਅਰ ਸਨਗਲਾਸਿਸ। ਹੁਣ ਮੈਂ ਇੱਥੇ ਇੱਕ ਕੁਐਸਚਨ ਇਹ ਦੁਬਾਰਾ ਰਿਪੀਟ ਕਰਨਾ ਚਾਹੁੰਦੀ ਹਾਂ, ਕਿਉਂਕਿ ਮੋਸਟਲੀ ਨਾ ਜਦੋਂ ਸਟੂਡੈਂਟ ਨੂੰ ਇਹ ਕੁਐਸਚਨ ਪੁੱਛਿਆ ਜਾਂਦਾ ਉਹਨਾਂ ਨੇ ਮਤਲਬ ਮਨ ਚ ਇਹੀ ਸੋਚਿਆ ਹੁੰਦਾ ਕਿ ਅਸੀਂ ਹਰੇਕ ਆਨਸਰ ਯੈਸ ਚ ਹੀ ਦੇਣਾ। ਜ਼ਰੂਰੀ ਨਹੀਂ ਹੁੰਦਾ ਕਿ ਆਨਸਰ ਆਪਾਂ ਹਰੇਕ ਹੀ ਯੈਸ ਚ ਦੇਣਾ। ਹੁਣ ਜ਼ਰੂਰੀ ਨਹੀਂ ਤੁਸੀਂ ਸਨਗਲਾਸਿਸ ਗਿਫਟ ਕੀਤੀਆਂ ਹੋਣ, ਠੀਕ ਹੈ, ਸੋ ਉਹ ਧੱਕੇ ਨਾਲ ਨਹੀਂ ਕਹਿਣਾ ਵੀ ਯੈਸ
ਤੁਸੀਂ ਜਿੱਦਾਂ ਆਪਣਾ ਆਨਸਰ ਦੇਣਾ ਚਾਹੁੰਦੇ ਉਦਾਂ ਦਾ ਹੀ ਆਨਸਰ ਦਿਓ। ਨੈਕਸਟ ਕੁਐਸਚਨ ਐਗਜ਼ਾਮੀਨਰ ਉਸੇ ਤਰੀਕੇ ਨਾਲ ਪੁੱਛੇਗਾ ਤੁਹਾਨੂੰ। ਨੈਕਸਟ ਹੈ ਵਾਈ ਡੂ ਯੂ ਵੇਅਰ ਸਨਗਲਾਸਿਸ, ਤੁਸੀਂ ਸਨਗਲਾਸਿਸ ਕਿਉਂ ਵੇਅਰ ਕਰਦੇ ਹੋ? ਠੀਕ ਹੈ, ਆਈ ਵੇਅਰ ਸਨਗਲਾਸਿਸ ਟੂ ਇਨਹਾਂਸ ਮਾਈ ਪਰਸਨੈਲਿਟੀ ਐਂਡ ਪ੍ਰੋਟੈਕਟ ਮਾਈ ਆਈਜ਼ ਫਰੋਮ ਹਾਰਮਫੁਲ ਯੂਵੀ ਰੇਜ਼। It serves a dual purpose of adding a stylish element to my appearance while ensuring the well-being of my eyes. So, mainu do cheezan kehnde provide karda. Ik ta mainu ji personality nu enhance karda is karke, dusra kehnde mainu ki karda, protect karda hai rays ton, kirna ton, suraj diyan kirna ton. So, is karke kehnde main wear karda. ओके फ्रेंड्स, ये सीगा टॉपिक, बहुत ही सिंपल जा टॉपिक है एंड अपने आंसर सिंपल रखा करो प्लस इलैबोरेशन रखा करो, ट्राई करा करो कि ईडियम का यूज करो ताकि थोड़ा जिहड़ा स्कोर है इंप्रूव हो सके। ओके फ्रेंड्स, जो तुहानू मेरी अज दी क्लास वधिया लगी लाइक ते कमेंट करके जरूर दसना जी। मिलते हैं नैक्सट क्लास दे नाल, बाय बाय, टेक केयर।